ਕੀ ਇਸ ਕਟਲੋਕ ਕਰਵਾਏ ਤੇ ਦਾ ਸਿਰ ਤੇ ਰਮਾਲ ਜਿਹਾ ਬੰਨਿਆ ਤੇ ਆਪਣਾ ਨਾਂ ਰੱਖਿਆ ਜੈਨੀ ਜੋਲ ਅਮੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਸੋ ਬੀਤੇ ਦਿਨ ਹੀ ਇੱਕ ਵੀਡੀਓ ਵਾਇਰਲ ਹੋਈ ਜਿਹੜੀ ਜੌਲ ਦੀ ਜਿਸ ਦੇ ਵਿੱਚ ਉਹ ਅਰਜੈਂਟਲ ਨੂੰ ਟਾਰਗੇਟ ਕਰਦੀ ਦੀ ਤੇ ਉਸ ਨੂੰ ਮਾੜਾ ਬੋਲਦੀ ਦੀ ਉਹ ਥੀ ਜਿਹੜੀ ਜੌਲ ਦੀ ਇੱਕ ਬਚਪਨ ਦੀ ਵੀਡੀਓ ਵਾਇਰਲ ਹੋਈ ਜਿਹ ਵਿੱਚ ਉਹਦਾ ਅੰਮ੍ਰਿਤ ਛਕਿਆ ਹੁੰਦਾ ਤੇ ਉਹ ਕੀਰਤਨ ਕਰਦੀ ਪਈ ਹੁੰਦੀ ਹੈ ਤੇ ਉਸ ਵੀਡੀਓ ਦਾ ਸੱਚ ਜਿਹੜਾ ਕਿ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ 0300 ਵਾਲੇ ਗੁਰਵੀ ਸ਼ੇਰ ਗੱਲ ਨੇ ਜੋ ਬਾਈ ਕੈਨੇਡਾ ਦੇ ਵਿੱਚ ਰਹਿੰਦਾ ਹੈਗਾ ਉਸ ਨੇ ਦੱਸਿਆ ਕਿ ਸਾਡੇ ਪਿੰਡ ਇਹ ਕੀਰਤਨ ਕਰਨ ਵੀ ਆਈ ਸੀ ਜਿਹੜੀ ਜੌਲ ਤੇ ਉਸ ਬ ਸਬਸਕ੍ਰਾਈਬ ਜਰੂਰ ਕਰ ਲੇ ਹੋਰ ਅੱਗੇ ਅਪਡੇਟਸ ਲਈ ਹਜੂਰ ਸਾਹਿਬ ਬੀਜਨਾ ਮੱਥਾ ਟੇਕਣ ਵਾਸਤੇ ਗਿਆ ਤੇ ਉੱਥੇ ਸਾਰੇ ਪਾਸੇ ਇੱਕੋ ਹੀ ਸ਼ਬਦ ਚੱਲਣ ਡਿਆ ਮੈਂ ਦੇਖ ਮਾਰ ਕੇ ਝਾਤ ਨਹੀਂ ਕਿੱਥੇ ਗਈ ਸਿੱਖੀ ਦੀ ਦਾਤ ਨਹੀਂ ਤੇ ਉਹ ਕੁੜੀ ਸੀ ਦਮਾਲੇ ਵਾਲੀ ਦਮਾਲਾ ਸਜਾਇਆ ਹੋਇਆ ਸੀ ਉਹਦੇ ਅੰਮ੍ਰਿਤ ਛਕਿਆ ਹੋਇਆ ਸੀ ਉਹਦੇ ਨਾਂ ਸੀ ਕਵਰ ਬਹਾਰਕੌਰ ਅਸੀਂ ਉਹਦੇ ਲ ਦੇ ਕੇ ਬੜੇ ਪ੍ਰਭਾਵਿਤ ਹੋਏ ਬੀਜੀ ਨੇ ਵੀ ਸਾਨੂੰ ਬੜੀਆਂ ਗਾਲਾਂ ਕੱਢੀਆਂ ਕਿ ਤੁਸੀਂ ਕੀ ਬਣੇ ਫਿਰਦੇ ਆ ਤੇ ਇਹ ਕੁੜੀ ਕਿੰਨਾ ਪ੍ਰਚਾਰ ਕਰਦੀ ਪਈ ਆ ਥੋੜੇ ਚਿਰ ਬਾਅਦ ਸਾਡੇ ਪਿੰਡ ਕੀਰਤਨ ਕਰਨ ਵਾਸਤੇ ਵੀ ਵੈਸੇ ਉਹ ਆਏ ਸੀਗੇ ਤੇ ਆਪਣੇ ਡੈਡੀ ਜੀ ਦੇ ਨਾਲ ਮੋਲਟੋ ਰਹਿੰਦੇ ਆ ਤੇ ਥੋੜੇ ਚਿਰ ਬਾਅਦ ਉਹਨਾਂ ਨੇ ਆਪਣਾ ਨਾ ਅੰਮ੍ਰਿਤਪਾਣ ਕਰ ਦਿੱਤਾ ਕੇਸ ਕਤਲੋ ਕਰਵਾਏ ਤੇ ਦਾ ਸਰ ਤੇਰਮਾਲ ਜੀ ਬੰਨਿਆ ਤੇ ਆਪਣਾ ਨਾਂ ਰੱਖਿਆ ਜੈਨੀ ਜੋਲ ਜੈਨੀ ਜੋਲ ਬਣ ਕੇ ਇੰਡਸਟਰੀ ਚ ਆ ਗਏ ਜੀ ਦੋ ਕੇ ਗਾਣੇ ਚੱਲੇ ਮੁੜ ਕੇ ਗਾਣੇ ਚੱਲੇ ਨਹੀਂ ਫਿਰ ਇਕਦਮ ਹੀ ਸਿੱਧੂ ਨਾਲ ਉਹਨਾਂ ਦਾ ਗਾਣਾ ਲੀਕ ਹੋਇਆ ਹੁਣ ਇਹ ਨਹੀਂ ਪਤਾ ਵੀ ਉਹਨਾਂ ਨੇ ਕੀਤਾ ਜਾਂ ਆਪਣੇ ਆਪ ਹੋ ਗਿਆ ਉਸ ਤੋਂ ਬਾਅਦ ਥੋੜੇ ਜਿਹਾ ਮਸ਼ਹੂਰ ਹੋਏ ਇੰਟਰਵਿਊਸ ਦੇਣ ਲੱਪੇ ਤੇ ਅੱਜ ਕੱਲ੍ਹ ਹੋ ਗਿਆਂ ਡਿਆ ਵੀ ਕੋਈ ਸਿੰਗਰ ਕਿਸੇ ਨਾ ਖੜਦਾ ਨਿਕਾ ਤੇ ਮੈਂ ਖੜਦੀ ਆ ਸਿੱਧੂ ਮੂਸੇ ਵਾਲੇ ਨਾਲ ਤੁਸੀਂ ਆਪ ਸੋਚੋ ਜਿਹਨਾਂ ਨੇ ਅੰਮ੍ਰਿਤ ਛਕ ਕੇ ਅੰਮ੍ਰਿਤ ਪੰਗ ਕਰ ਦਿੱਤਾ ਗੁਰੂ ਮਹਾਰਾਜ ਦੇ ਨਹੀਂ ਹੋਏ ਉਹ ਸਿੱਧੂ ਮੂਸੇ ਵਾਲੇ ਦੇ ਕੀ ਹੋ ਜਾਣਗੇ